ਇਧਰ ਇੱਕ ਮਿੰਟ ਜੀ, ਇੱਕ ਮਿੰਟ ਤੁਸੀਂ ਪਿੱਛੇ ਨੂੰ ਆ। ਹਾਂ ਫੜ ਕੇ ਰੱਖ ਲਓ। ਕਿਰਪਾ ਕਰੋ, ਮਿਹਰ ਕਰੋ, ਹੁਣ ਬਾਰਿਸ਼ ਦੀਆਂ ਸੱਚੇ ਪਿਤਾ ਜੀ ਝੜੀਆਂ ਲਾ ਦਿਓ। ਸੱਚੇ ਪਿਤਾ ਜੀ ਤੰਦਰੁਸਤੀਆਂ ਬਖਸ਼ੋ, ਦੇਹ ਰੋਗ ਦਾ ਬਖਸ਼ੋ, ਸਾਰੀ ਸੰਗਤ ਨੂੰ ਤੰਦਰੁਸਤੀਆਂ ਬਖਸ਼ੋ, ਦੇਹ ਰੋਗ ਦਾ ਬਖਸ਼ੋ, ਅੱਗੇ ਨੂੰ ਇਸੇ ਤਰ੍ਹਾਂ ਬਲ ਅਤੇ ਬੁੱਧ ਬਖਸ਼ੋ। ਸੱਚੇ ਪਿਤਾ ਜੀ ਤੰਦਰੁਸਤੀਆਂ ਬਖਸ਼ਿਓ, ਸਹੀ ਗੁਰਮੁਖ ਪਿਆਰੇ ਮੇਲ ਮੇਲੋ, ਜਿਨ੍ਹਾਂ ਮਿਲਿਆ ਆਪਦਾ ਨਾਮ ਅਤੇ ਤਾਵੇ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
All right.
ਹਾਂਜੀ, ਅੱਜ ਡੇਲੋ ਵਾਸੀਆਂ ਵੱਲੋਂ ਇੱਕ ਬਾਰਿਸ਼ ਨਾ ਪੈਣ ਕਰਕੇ ਗੁੱਡੀ ਦਾ ਇੱਕ ਬੁੱਕਾਂ ਦਾ ਪ੍ਰੋਗਰਾਮ ਕੀਤਾ, ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਗੁੱਡੀ ਦਾ ਸੱਭਿਆਚਾਰਕ ਪ੍ਰੋਗਰਾਮ ਤਾਂ ਪਹਿਲਾਂ ਤੋਂ ਵੀ ਹੁੰਦਾ ਸੀਗਾ, ਪਰ ਸਾਡੇ ਨਗਰ ਦੇ ਵਿੱਚ ਹੁਣ ਬਹੁਤ ਚਿਰ ਤੋਂ ਇਹ ਪ੍ਰੋਗਰਾਮ ਬੰਦ ਕੀਤਾ ਗਿਆ ਸੀ। ਹੁਣ ਬਾਰਿਸ਼ ਨਹੀਂ ਪੈਂਦੀ, ਇਹਦੇ ਕਰਕੇ ਅਸੀਂ ਜਾਣੀ ਮਤਲਬ ਵਾਹਿਗੁਰੂ ਨੇ ਕਿਰਪਾ ਕਰੀ ਆ ਸਾਡੇ 'ਤੇ, ਸਾਰਿਆਂ ਨੇ ਅਸੀਂ ਗੁੱਡੀ ਦੀ ਕੂਪਨ ਦੀ ਤਿਆਰੀ ਕਰੀ ਆ। ਬੀਬੀਆਂ ਸਾਰੇ ਨਗਰ ਦੀਆਂ ਹੋਈਆਂ ਨੇ, ਸਾਰੇ ਬੀਬੀਆਂ ਨੇ ਨਗਰ ਦੀਆਂ ਨੇ ਗੁੜ ਆਟਾ, ਕਿਸੇ ਨੇ ਖੰਡ, ਕਿਸੇ ਨੇ ਘਿਓ, ਕਿਸੇ ਨੇ ਦੁੱਧ, ਉਹ ਲਿਆਂਦਾ, ਉਹ ਪ੍ਰਸ਼ਾਦੇ ਬਣਾ ਕੇ ਅਸੀਂ ਰੱਖ ਕੇ ਆਉਂਦੇ ਨੇ। ਗੁੱਡੀ ਫੂਕੀ ਆ, ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ, ਮੀਂਹ ਪੈ ਜਾਵੇ ਸਾਨੂੰ ਸਾਰਿਆਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੇ। ਹੋਰ ਸਾਡੀ ਕੋਈ ਮੰਗ ਨਹੀਂ, ਬਾਬੇ ਉਹਦੇ ਹੀ ਅਰਦਾਸ ਆ ਕਿ ਸਾਨੂੰ ਮੀਂਹ ਬਾਰਿਸ਼ ਖੁੱਲ੍ਹੀ ਪਾ ਦੇਵੇ ਇੱਕ ਵਾਰੀ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਿਰਪਾ ਕਰਦੀ ਸਾਡੇ 'ਤੇ, ਮਿਹਰ ਭਰੇ ਹੱਥ ਰੱਖੀ। ਅਸੀਂ ਗੁੱਡੀ ਫੂਕੀ ਆ, ਪਿੰਡ ਦੀ ਗੁੱਡ ਪਾ ਕੇ ਤੁਰ ਕੇ ਆਇਆ, ਇੰਨੀ ਧੁੱਪ 'ਚ ਵਾਹਿਗੁਰੂ ਸਾਡੇ 'ਤੇ ਕਿਰਪਾ ਕਰ। ਬਸ ਇੰਨੀ ਵੇ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੀ ਸੰਗਤ ਡੇਲੋ ਨਿਵਾਸੀ, ਗੁੱਡੀ ਦਾ ਉਪਰਾਲਾ ਕੀਤਾ ਹੈ, ਫੂਕਣ ਦਾ। ਅਸੀਂ ਡੇਲੋ ਨਗਰ ਤੋਂ ਫੂਕਣ ਪੁਆਇੰਟ 'ਤੇ ਆਏ ਹਾਂ। ਪਰਮਾਤਮਾ ਮਿਹਰ ਕਰੇ, ਮਿਹਰ ਭਰੇ ਹੱਥ ਰੱਖੇ, ਮੀਂਹ ਦੀ ਵਾਰਸ ਕਰੇ, ਨਗਰ ਕਿਹੜੇ ਖੁਸ਼ਹਾਲੀ ਵਰਸੇ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸਾਰੀ ਡੇਲੋ ਦੀ ਸੰਗਤ ਜਿਹੜੀ ਆ, ਗੁੱਡੀ ਫੁੱਕਣ ਦੀ ਪ੍ਰਥਾ ਨੂੰ ਜਿਹੜਾ ਉਹਨਾਂ ਨੇ ਦੁਬਾਰਾ ਚਾਲੂ ਕੀਤਾ। ਪਹਿਲਾਂ ਅਸੀਂ ਪੁਰਾਣੇ ਸਮੇਂ ਆਪਣੇ ਕਲਚਰ ਦੇ ਵਿੱਚ ਦੇਖਦੇ ਸੀ ਕਿ ਜਦੋਂ ਬਾਰਿਸ਼ ਨਹੀਂ ਪੈਂਦੀ ਸੀ ਤਾਂ ਗੁੱਡੀ ਫੁੱਕਣ ਦੀ ਜਿਹੜੀ ਰਸਮ ਆ ਉਹ ਕੀਤੀ ਜਾਂਦੀ ਸੀ, ਪਰ ਅੱਜ ਕੱਲ੍ਹ ਦੇ ਟਾਈਮ 'ਤੇ ਇਹ ਜਿਹੜੀ ਰਸਮ ਆ ਖੋ ਚੁੱਕੀ ਆ, ਕੋਈ ਇਸ ਨੂੰ ਫੋਲੋ ਨਹੀਂ ਕਰਦਾ। ਸਾਰੇ ਨੋ ਡਾਊਟ ਕਿ ਆਪਾਂ ਨੂੰ ਨਾ ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਨੇ, ਪਰ ਇਹ ਰਸਮ ਦੇ ਨਾਲ ਵੀ ਜਿਹੜਾ ਬਾਰਿਸ਼ ਨੂੰ ਅਸੀਂ ਨਾ ਬਾਰਿਸ਼ ਨਾਲ ਅਸੀਂ ਭਰਪੂਰ ਹੋ ਸਕਦੇ ਹਾਂ। ਸੋ ਇਸ ਕਰਕੇ ਡੇਲੋ ਦੀ ਸੰਗਤ ਨੇ ਦੁਬਾਰਾ ਇਸ ਪ੍ਰਥਾ ਨੂੰ ਚਾਲੂ ਕੀਤਾ ਵਾ, ਅਤੇ ਅੱਜ ਅਸੀਂ ਗੁੱਡੀ ਫੁੱਕਣ ਦੀ ਰਸਮ ਕੀਤੀ ਆ। ਸਾਰੀ ਡੇਲੋ ਤੋਂ ਸੰਗਤ ਚੱਲ ਕੇ ਇੱਥੇ ਮੰਡੀ ਦੇ ਵਿੱਚ ਆਈ ਆ, ਅਤੇ ਹੁਣ ਅਸੀਂ ਗੁੱਡੀ ਦਾ ਸੰਸਕਾਰ ਕੀਤਾ। ਅਸੀਂ ਇਹੀ ਆਸ ਕਰਦੇ ਹਾਂ ਕਿ ਬਾਰਿਸ਼ ਹੋਊਗੀ ਸਾਡੇ ਪਿੰਡ ਵਿੱਚ। ਧੰਨਵਾਦ ਜੀ।